चेतना चेतना केड़े स्कूल पढ़ते हो रेलवे मंडी स्कूल ठीक है स्पोर्ट्स केड़ी स्पोर्ट्स विच रेसलिंग केड़ी जगह मुकाबले हुए ए अमृतसर विच कराए से स्कूल ने मुकाबले जेडी मैं 55 वेट कैटेगरी खेडी सी ते खेड़ वतन पंजाब दे तरनतारन दे विच मैं 53 वेट कैटेगरी विच गोल्ड मेडल लिया कदों हुई ऐसे खेड ਇਹ ਖੇਡਾਂ ਪਿਛਲੇ ਮਹੀਨੇ ਨਵੰਬਰ ਵਿੱਚ ਕਰਾਈਆਂ ਗਈਆਂ ਸੀ ਖੇਡ ਵਤਨ ਤੇ ਸਕੂਲੀ ਵੀ ਕਿੱਦਾਂ ਮਹਿਸੂਸ ਕਰ ਰਹੇ ਹੋ ਗੋਲਡ ਮੈਡਲ ਲੈ ਕੇ ਹੋ ਮੈਨੂੰ ਤਾਂ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਮੈਂ ਆਪਣੇ ਸਕੂਲ ਲਈ ਆਪਣੇ ਡਿਪਾਰਟਮੈਂਟ ਲਈ ਗੋਲਡ ਮੈਡਲ ਲਿਆ ਸਪੋਰਟਸ ਦੇ ਵਿੱਚ ਵੀ ਕੋਈ ਪ੍ਰੈਕਟਿਸ ਕਰ ਰਹੇ ਹੋ ਤਿਆਰੀ ਕਰ ਰਹੇ ਹੋ ਜਿਵੇਂ ਹਾਂਜੀ ਅਸੀਂ ਇੰਡੋਰ ਸਟੇਡੀਅਮ ਪ੍ਰੈਕਟਿਸ ਕਰੀ ਜੀ ਸਾਨੂੰ ਸਨੂ ਸ਼ਰਮਾ ਕੋਚ ਕਰਾਉਂਦੇ ਨੇ ਪ੍ਰੈਕਟਿਸ ਅੱਗੇ ਵੀ ਕੋਈ ਗੇਮਾਂ ਹੋਣ ਜਾ ਰਹੀਆਂ ਨੇ ਸਾਡੀ ਐਸੋਸੀਏਸ਼ਨ ਦੀਆਂ ਗੇਮਾਂ ਹੋਣ ਜਾ ਰਹੀਆਂ ਜਿਨ੍ਹਾਂ ਦੀ ਨੈਸ਼ਨਲ ਹੋਣੀ ਆ ਕਿਹੜੀ ਕਲਾਸ ਇੱਥੇ ਸਟੱਡੀ ਕਰਦੇ ਪਲੱਸ 2 ਕਲਾਸ ਕੀ ਏਮ ਕੀ ਹੈ ਤੁਹਾਡਾ ਮੈਂ ਆਈਪੀਐਸ ਬਣਨਾ ਚਾਹਨੀ ਆ ਮਾਈ ਕਿਹੜੇ ਸਕੂਲ ਚ ਸਟੱਡੀ ਕਰਦੇ ਹੋ ਰੇਲਵੇ ਮੰਡੀਸ ਕਿਹੜੀ ਕਲਾਸ ਪੜ੍ਹਦੇ ਪਲੱਸ 2 ਕਿਸ ਗੇਮ ਚ ਤੁਸੀਂ ਪਾਰਟਿਸਪੇਟ ਕੀਤਾ ਜੁੱਡੋ ਵਿੱਚ ਮੇਰਾ ਸਟੇਟ ਲੈਵਲ ਚ ਫਰਸਟ ਪੋਜੀਸ਼ਨ ਆਈ ਆ ਕਿਹੜਾ ਮੈਡਲ ਹਾਸਲ ਕੀਤਾ ਤੁਸੀਂ ਗੋਲਡ ਮੈਡਲ ਹਾਸਲ ਕੀਤਾ ਮੈਂ ਕੀ ਕਹਿਣਾ ਚਾਹੁੰਦੇ ਹੋ ਇਸ ਉਪਲਬਧੀ ਤੇ ਤੁਸੀਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਰੇ ਜਿੰਨੇ ਬੱਚਾ ਵੱਧ ਤੋਂ ਵੱਧ ਗੇਮ ਚ ਭਾਗ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਏਮ ਕੀ ਆ ਤੁਹਾਡਾ ਆਈਪੀਐਸ ਆਫੀਸਰ ਹਾਂਜੀ सर मेरी यही हमेशा इच्छा रहती है कि पढ़ाई के नाल नाल बच्चे सह विद्य क्रियावान खेडों में भी हिस्सा लैन तो मैडल जित के लैके आन असी स्कूल तकरीबन 15 गेम्स खड़ा रहे हैं अलग अलग गेम जिदा जूडो कराटे हैंडबॉल बॉक्सिंग बॉल टेबल टैनिस रैसलिंग बॉक्सिंग चैस हॉकी ਇਦਾਂ ਦੀਆਂ 12-13 ਗੇਮ 15 ਗੇਮ ਇਹ ਤਕਰੀਬਨ ਅਸੀਂ ਬੱਚਿਆਂ ਨੂੰ ਖੜਾ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਕਿ ਆ ਜਿਹੜੇ ਬੱਚੇ ਖੜੇ ਆ ਇਹਨਾਂ ਨੇ ਸਾਰਿਆਂ ਨੇ ਡਿਸਟ੍ਰਿਕਟ ਲੈਵਲ ਤੇ ਨਾ ਕੇਵਲ ਪਾਰਟਿਸਪੇਟ ਕੀਤਾ ਬਲਕਿ ਇਹ ਸਕੂਲ ਲਈ ਤਗਮੇ ਜਿੱਤ ਕੇ ਲੈ ਕੇ ਆਏ ਮੈਂ ਬੜੇ ਮਾਣ ਨਾਲ ਕਹਿੰਦੀ ਆ ਕਿ ਇਸ ਸਾਲ ਸਾਡੇ ਬੱਚਿਆਂ ਨੇ ਸਟੇਟ ਪੱਧਰ ਤੇ ਵੀ ਬਹੁਤ ਸਾਰੇ ਤਗਮੇ ਜਿੱਤੇ ਜਿਨ੍ਹਾਂ ਵਿੱਚੋਂ ਮੇਨ ਹੈਗੀ ਮਾਹੀ ਨੇ ਸਟੇਟ ਲੈਵਲ ਤੇ ਗੋਲਡ ਮੈਡਲ ਲਿਆ ਪ੍ਰਭਜੋਤ ਨੇ ਅੰਡਰ 14 ਵਿੱਚ ਸਟੇਟ ਵਿੱਚ ਸਿਲਵਰ ਮੈਡਲ ਲਿਆ ਪੱਲਵੀ ਨੇ ਅੰਡਰ 14 ਸਟੇਟ ਵਿੱਚ ਬ੍ਰੌਂਜ਼ ਮੈਡਲ ਲਿਆ ਬਾਕਸਿੰਗ ਵਿੱਚ ਪ੍ਰਿੰਕਾ ਨੇ ਅੰਡਰ 19 ਵੀ ਸਟੇਟ ਵਿੱਚ ਸਿਲਵਰ ਮੈਡਲ ਲਿਆ ਚੇਤਨਾ ਨੇ ਰੈਸਲਿੰਗ ਵਿੱਚ ਅੰਡਰ 19 ਵੀ ਸਟੇਟ ਵਿੱਚ ਬ੍ਰੌਂਜ਼ ਮੈਡਲ ਲਿਆ ਸਾਡੇ ਜਿਹੜੇ ਕ੍ਰਿਕਟ ਦੇ 5 ਖਿਡਾਰੀ ਹੈਗੇ ਆ ਉਹ ਵੀ ਸਟੇਟ ਵਿੱਚੋਂ ਉਹਨਾਂ ਨੇ ਫਸਟ ਪੋਜੀਸ਼ਨ ਹਾਸਲ ਕੀਤੀ ਹੈਂਡਬਾਲ ਦੇ ਸਾਡੇ 3 ਜਿਹੜੇ ਵਿਦਿਆਰਥੀ ਆ ਉਹਨਾਂ ਨੇ ਵੀ ਸਟੇਟ ਲੈਵਲ 'ਤੇ ਫਸਟ ਪੋਜੀਸ਼ਨ ਹਾਸਲ ਕੀਤੀ ਇਸ ਤੋਂ ਇਲਾਵਾ ਬਾਸਕਟਬਾਲ ਵਿੱਚ ਵੀ ਸਾਡੇ ਸਕੂਲੀ ਗੇਮ ਵਿੱਚ ਜਿਹੜੇ ਬੱਚੇ ਹੈਗੇ ਉਹਨਾਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਸਾਡੇ ਜਿਹੜੇ 5 ਬੱਚੇ ਆ ਨੈਸ਼ਨਲ ਲੈਵਲ 'ਤੇ ਖੇਡਣ ਜਾ ਰਹੇ ਹੈਗੇ ਆ ਇਸ ਤੋਂ ਇਲਾਵਾ ਖੇਡਾਂ ਵਤਨ ਦੀਆਂ ਵਿੱਚ ਵੀ ਬਹੁਤ ਸਾਰੇ ਜਿਵੇਂ ਇੱਥੇ ਗਿੰਨੇ ਸ਼ੁਰੂ ਕਰ ਦਿੱਤੇ ਤਾਂ ਬਹੁਤ ਸਾਰੇ ਜਿਹੜੇ ਤਗਮੇ ਹੈਗੇ ਆ ਬੱਚਿਆਂ ਨੇ ਖਰੀਦੇ ਉਹਨਾਂ ਬੱਚਿਆਂ ਨੂੰ ਨਾ ਕੇਵਲ ਤਗਮੇ ਮਿਲੇ ਬਲਕਿ ਬਹੁਤ ਸਾਰਾ ਕੈਸ਼ ਪ੍ਰਾਈਜ਼ ਵੀ ਜਿਹੜਾ ਡਿਪਾਰਟਮੈਂਟ ਮਿਲਨੇ ਦਿੱਤਾ ਇਹੋ ਜਿਹਾ ਮਹਿਸੂਸ ਕਰ ਰਹੇ ਹੋ ਕਿ ਇੰਨੇ ਬੱਚੇ ਆਪਣੇ ਗੋਲਡ ਔਰ ਸਿਲਵਰ ਲੈ ਕੇ ਆਏ ਹੋ ਕਿੰਨਾ ਮਾਣ ਮਹਿਸੂਸ ਨੈਚੁਰਲੀ ਮੈਂ ਇੱਕ ਇਹਨਾਂ ਬੱਚਿਆਂ ਦੀ ਨਾ ਕੇਵਲ ਪ੍ਰਿੰਸੀਪਲ ਹਾਂ ਮੈਂ ਅਕਸਰ ਹੀ ਇਸ ਸਟੇਜ ਤੋਂ ਕਹਿੰਦੀ ਹੁੰਦੀ ਹਾਂ ਕਿ ਮੈਂ ਇਹਨਾਂ ਬੱਚਿਆਂ ਦੀ ਮਾਂ ਹਾਂ ਅਤੇ ਇੱਕ ਬੱਚੇ ਜਿਹੜੇ ਕਿ ਇੱਦਾਂ ਦੀਆਂ ਪ੍ਰਾਪਤੀਆਂ ਕਰਕੇ ਆਉਣ ਤਾਂ ਇੱਕ ਮਾਂ ਨੂੰ ਕਿੱਦਾਂ ਦਾ ਮਹਿਸੂਸ ਹੋਊਗਾ ਰੀਅਲੀ ਆਈ ਐਮ ਪ੍ਰਾਊਡ ਆਫ ਦੈਮ ਕਿੰਨਾ ਤਿਆਰੀ ਕਰਵਾਉਂਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀ ਸੇਵਾ ਕਰਨਾ ਹੈ ਬੱਚਿਆਂ ਨੂੰ ਦੇਖੋ ਇਹਨਾਂ ਬੱਚਿਆਂ ਦਾ ਅਲੱਗ ਇੱਕ ਟਾਈਮ ਟੇਬਲ ਅਸੀਂ ਬਣਾਇਆ ਜਾਂਦਾ ਹੈਗਾ ਕਿਉਂਕਿ ਤਾਂ ਕਿ ਇਹਨਾਂ ਦੀ ਜਿਹੜੀ ਪੜ੍ਹਾਈ ਵੀ ਡਿਸਟਰਬ ਨਾ ਹੋਵੇ ਅਤੇ ਖੇਡਾਂ ਵਿੱਚ ਵੀ ਇਹ ਪਾਰਟੀਸਪੇਟ ਕਰਦੇ ਰਹਿਣ ਸ਼ਾਮ ਨੂੰ ਵੀ ਅਸੀਂ ਇਹਨਾਂ ਦੇ ਲਈ ਕੋਚਿਸ ਦਾ ਵੀ ਪ੍ਰਬੰਧ ਕੀਤਾ ਹੋਇਆ ਇਹਨਾਂ ਬੱਚਿਆਂ ਦੇ ਲਈ ਇਹਨਾਂ ਦੇ ਜਿਹੜੇ ਟੀਚਰਸ ਨੇ ਮੈਡਮ ਜੁਗਿੰਦਰ ਮੈਡਮ ਹੈਗੇ ਆ ਸਰਬਜੀਤ ਮੈਡਮ ਹੈਗੇ ਆ ਇਹ ਵੀ ਦਿਨ ਰਾਤ ਮਿਹਨਤ ਕਰ ਰਹੇ ਹੈਗੇ ਆ ਇਹਨਾਂ ਲਈ ਕੋਚਿਸ ਦਾ ਵੀ ਪ੍ਰਬੰਧ ਕੀਤਾ ਹੋਇਆ ਹੈਗਾ ਸੋ ਇੱਕ ਟੀਮ ਵਰਕ ਹੈਗਾ ਟੀਮ ਵਰਕ ਦੇ ਨਾਲ ਹੀ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਜਿਹੜਾ ਜਾਦੂ ਆ ਤੁਹਾਡੇ ਕੋਲ ਜਿਹੜਾ ਜਦੋਂ ਦੇ ਤੁਸੀਂ ਆਏ ਹੋ ਇਸ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਬੱਚਿਆਂ ਨੂੰ ਸਪੋਰਟਸ 'ਚ ਅੱਬਲ ਪੜ੍ਹਾਈ 'ਚ ਅੱਬਲ ਕੀ ਤੁਸੀਂ ਜਾਦੂ ਕਰਦੇ ਹੋ ਦੇਖੋ ਜੇ ਤੁਹਾਡੇ ਇਰਾਦੇ ਨੇ ਕਹਿਣਾ ਇੱਕ ਅੱਛੀ ਨੀਅਤ ਨਾਲ ਤੁਸੀਂ ਚੱਲ ਰਹੇ ਹੋ ਤੁਹਾਡੇ ਇੱਕ ਇਹਨਾਂ ਬੱਚਿਆਂ ਨੂੰ ਤੁਸੀਂ ਆਪਣੇ ਬੱਚੇ ਸਮਝਣ ਲੱਗ ਜਾਓ ਤਾਂ ਜਾਦੂ ਆਪਣੇ ਆਪ ਹੀ ਹੋ ਜਾਂਦਾ